ਦੀ ਸੋਲੂਸ਼ਨ ਸੈਲਫ ਹੈਲਪ ਇੰਡਸਟਰੀ ਬਹੁਤ ਕੁਝ ਕਰਦੀ ਪਈ ਹੈ ਠੀਕ ਹੈ ਅ ਰੁਕ ਜਾ ਰੁਕ ਜਾ ਠੀਕ ਹੈ ਉਹ ਵੇ ਨਿਕਲ ਆਇਆ ਕਿ ਆਪਣੇ ਸਾਈਕੋਲੋਜੀਕਲੀ ਮੈਂਟਲੀ ਆਪਾਂ ਇਮੋਸ਼ਨਲੀ ਸਾਨੂੰ ਕੋਈ ਜੋੜੇ ਪਹਿਲਾ ਦੂਜੀ ਖੁਦ ਨਾਲ ਟਾਈਮ ਸਪੈਂਡ ਕਰੋ ਪਤਾ ਨਹੀਂ ਉਦੋਂ ਆਪਾਂ ਕੀ ਕਰ ਲੈਣਾ ਮੇਰੇ ਖਿਆਲ ਦੇ ਵਿੱਚ ਜਿੱਦਾਂ ਹੀ ਅੱਜ ਦਾ ਯੂਥ ਕੋਧਲਨ ਟਾਈਮ ਸਪੈਂਡ ਕਰਦਾ ਆ ਮੈਨੂੰ ਨਹੀਂ ਲੱਗਦਾ ਕਿ ਉਹਦੇ ਦਿਮਾਗ ਦੇ ਵਿੱਚ ਕੋਈ ਗੁੱਡ ਥਾਟ ਆਉਂਦੇ ਹੋਣਗੇ ਕਿਉਂਕਿ ਜੋ ਤੁਸੀਂ ਸਾਰੇ ਦਿਨ ਦੇ ਵਿੱਚ ਇਨਪੁਟ ਦਿੱਤੀਆਂ ਨੇ ਉਹੀ ਨਿਕਲਣੀਆਂ ਉਸ ਟਾਈਮ ਐਂਡ ਉਹ ਜਿਹੜਾ ਸੈਲਫ ਟਾਈਮ ਪ੍ਰੋਡਕਟਿਵ ਕਦੀ ਨਹੀਂ ਹੋਏਗਾ ਦੈਟ ਇਜ਼ ਮਾਈ ਪਰਸਨਲ ਥੀਊ ਐਟ ਦ ਐਂਡ ਆਫ ਦ ਡੇ ਸੋਲੂਸ਼ਨ ਕੀ ਹੈ ਅਸਲ ਤੇ ਨਾ ਹਮਤਾਲਫਲ ਬਿਨਡਸਟਰੀ ਸੈਲਫ ਟਾਈਮ ਦੋਨਾਂ ਦੇ ਵਿੱਚੋਂ ਦੀ ਦੱਸਣ ਜੇ ਗੱਲ ਤੇ ਮੈਂ ਹੋਂਨਾ ਆ ਥੋੜਾ ਜਾਂ ਸਾਨੂੰ ਜੋ ਜੇ ਅਸੀਂ ਜਾਗਰੂਕ ਹੋ ਜਾਈਏ ਨਾ ਤੇ ਫੇਰ ਜਿਹੜੇ ਲੋਕਾਂ ਦਾ ਪਾਵਰ ਆ ਨਾ ਜਿਹੜੇ ਸਾਨੂੰ ਕੰਟਰੋਲ ਕਰਦੇ ਉਹਨਾਂ ਹੱਥ ਪਾਵਰ ਨਹੀਂ ਰਊ ਇਸ ਕਰਕੇ ਸਾਨੂੰ ਜਾਗਰੂਕ ਨਹੀਂ ਹੋਣ ਦਿੱਤਾ ਜਾਊਗਾ ਇਸ ਕਰਕੇ ਸਾਨੂੰ ਪਲੇਜ਼ਰ ਦਿੱਤਾ ਜਾਊਗਾ ਫੋਨ ਦੇ थ्रू ਟੀਵੀ ਦੇ थ्रू ਮੀਡੀਆ ਦੇ थ्रू ਪਲੇਜ਼ਰ ਵੰਡਿਆ ਜਾਊਗਾ ਸ਼ਰਾਬ ਤੇ ਸਾਰਾ ਕੁਝ ਜਿਹੜੇ ਲੋਕਾਂ ਨੂੰ ਜਾਗਰੂਕ ਨਾ ਹੋਣ ਪਲੇਜ਼ਰ ਦੇ ਵਿੱਚ ਪੇਨ ਪਲੇజర్ ਸਾਈਕਲ ਦੇ ਵਿੱਚ ਫਸੇ ਰਹਿੰਦੇ ਨੇ ਦੁਖੀ ਨੇ ਤੇ ਪਲੇజర్ ਕੰਜ਼ਿਊਮ ਕਰ ਲੋ ਲੈਜਰ ਤੋਂ ਬਾਅਦ ਪੇਨ ਆਉਗੀ ਮਕੀਨ ਇਹ ਫੇਰ ਪਲੇਜਰ ਤਨਜ਼ੀਮ ਕਰਨ ਨੂੰ ਜਾਗਰੂਕ ਨਹੀਂ ਹੁੰਦਾ ਜਾਂਦਾ ਹੁਣ ਫਾਰਮਾਸੋਟਿਕਲ ਇੰਡਸਟਰੀ ਜਿਹੜੀ ਆ ਉਹ ਦੁਨੀਆ ਨੂੰ ਕੰਟਰੋਲ ਕਰਦੀ ਆ ਵੈਕਸੀਨ ਵੀ ਉਹਨਾਂ ਨੇ ਪਾਈ ਆ ਫਾਈਜ਼ਰ ਕੰਪਨੀ ਦੇ ਕਿੰਦਾ ਸਟਾਕਸ ਉੱਪਰ ਗਏ ਕਿੰਦਾ ਉਹਨਾਂ ਨੇ ਪੈਸੇ ਕਮਾਏ ਜਾਂ ਸਾਰਾ ਕੁਝ ਹਨ ਹੁਣ ਫਾਰਮਾਸੋਟਿਕਲ ਕੰਪਨੀਆਂਸ ਐਂ ਡਾਕਟਰਾਂ ਦਾ ਸਿਲੇਬਸ ਬਣਾਉਂਦੀਆਂ ਨੇ ਇਹ ਇਸ ਹਿਸਾਬ ਨਾਲ ਤਿਆਰ ਕਰਦੇ ਨੇ ਕਿ ਸਭ ਤੋਂ ਜ਼ਿਆਦਾ ਇਹਨਾਂ ਦੀਆਂ ਦਵਾਈਆਂ ਵੇਖਣ ਜਾਂ ਸਾਰਾ ਕੁਝ ਹਨ ਫਾਇਦੇ ਲਈ ਸਾਰਾ ਕੁਝ ਕੀਤਾ ਜਾਂਦਾ ਵਾ ਕੰਟਰੋਲ ਕੀਤਾ ਜਾਂਦਾ ਵਾ ਸਾਨੂੰ ਕੰਟਰੋਲ ਕਿਦਾਂ ਕੀਤਾ ਕਿ ਇੱਕ ਕੰਡੀਸ਼ਨ ਪੈਦਾ ਕੀਤੀ ਪੈਂਡੈਮਿਕ ਹੈ ਜੀ ਤੇ ਲੋਕਾਂ ਨੂੰ ਦਬਾਓ ਬਿਨ ਜੇ ਪੈਂਡੈਮਿਕ ਨਾ ਚੀਜ਼ ਲੈ ਕੇ ਹੁੰਦੇ ਤੇ ਸਾਨੂੰ ਦਬਾਇ ਨਹੀਂ ਸੀ ਸਕਦੇ ਸਾਨੂੰ ਕੰਟਰੋਲ ਹੀ ਨਹੀਂ ਸੀ ਕਰ ਸਕਦੇ ਸੋ ਮੇਨ ਚੀਜ਼ ਇਹ ਆ ਕਿ ਜਿਹੜੀ ਪਲੇਜਰੇਬਲ ਚੀਜ਼ਾਂ ਨੇ ਉਹਨਾਂ ਦਾ ਤਿਆਗ ਕਰੋ ਫੋਨ ਇਹਦਾ ਟਾਈਮ ਕਟਾ ਦਿਓ ਸੋਸ਼ਲ ਮੀਡੀਆ ਦਾ ਟਾਈਮ ਕਟਾ ਦਿਓ ਟੀਵੀ ਦਾ ਟਾਈਮ ਕਟਾ ਦਿਓ ਐਨੀਥਿੰਗ ਪਲੇਜਰੇਬਲ ਜਿਹੜੀ ਤੁਹਾਡੀ ਲਾਈਫ ਚ ਨਹੀਂ ਰਹੂਗੀ ਫੇਰ ਤੁਸੀਂ ਆਪਣੇ ਆਪ ਦੇ ਨਾਲ ਟਾਈਮ ਸਪੈਂਡ ਕਰੋ ਜਿੱਦਾਂ ਤੁਸੀਂ ਕਿਹਾ ਆਪਣੇ ਥਾਟਸ ਨੂੰ ਦੇ ਫਿਰ ਬੰਦਾ ਹਰ ਇੱਕ ਨੂੰ ਜਾਣਦਾ ਆਪਣੇ ਆਪ ਨੂੰ ਨਹੀਂ ਜਾਣਦਾ ਇੱਕ ਐਗਜ਼ਾਮਪਲ ਦੇਣਾ ਈਵਲ ਬੰਦੇ ਨੂੰ ਆਪਣਾ ਜਿਹੜਾ ਕੰਮ ਹੈ ਨਾ ਉਹ ਸਹੀ ਲੱਗਦਾ ਈਵਲ ਬੰਦਾ ਦੁਨੀਆ ਲਈ ਈਵਲ ਹੁੰਦਾ ਪਰ ਈਵਲ ਬੰਦਾ ਆਪਣੇ ਆਪ ਲਈ ਈਵਲ ਨਹੀਂ ਹੁੰਦਾ ਉਹ ਆਪਣੇ ਕੰਮ ਨੂੰ ਜਸਟੀਫਾਈ ਕਰ ਦੂਗਾ ਹੁਣ ਬਿਲ ਗੇਟਸ ਨੂੰ ਪੁੱਛੋ ਡੀ ਪੋਪੂਲੇਟ ਕਿਉਂ ਕਰ ਰਹੇ ਨੇ ਉਹਨੇ ਕਿਹਾ ਜੇ ਦੁਨੀਆ ਤੇ ਪੋਪੂਲੇਸ਼ਨ ਬੜੀ ਹੋ ਗਈ ਹੈ ਤਾਂ ਕੰਮ ਬੜਾ ਖਰਾਬ ਹੈ ਦੁਨੀਆ ਥੋੜੀ ਜਿਹੀ ਘਟਾ ਦਈਏ ਜਿਹੜੇ ਲੋਕ ਰਹਿ ਜਾਣਗੇ ਸੁਖੀ ਰਹਿਣਗੇ ਹਾਂ ਲੋਕਾਂ ਲਈ ਉਹ ਇਹ ਬੁਲਿਆ ਇਹਨੇ ਕੈਜੂਅਲ ਟਾਕ ਹੈ ਆਪਣੇ ਨਹੀਂ ਤਾਂ ਜਸਟੀਫਾਈ ਕਰਨੀ ਪਿਆ ਨਾ ਉਹਨੂੰ ਕੀ ਲੱਗਦਾ ਸੋ ਜਿੰਨਾ ਚਿਰ ਤੱਕ ਤੁਸੀਂ ਆਪਣੇ ਆਪ ਨੂੰ ਨਹੀਂ ਦੇਖੋਗੇ ਤਾਂ ਫਿਰ ਤੁਹਾਨੂੰ ਸਹੀ ਗਲਤ ਦਾ ਨਹੀਂ ਪਤਾ ਲੱਗੂਗਾ ਇਸ ਕਰਕੇ ਰਿਮੂਵ ਦਾ ਪਲੇਜ਼ਰ ਸਪੈਂਡ ਟਾਈਮ ਵਿਦ ਯੂਰਸੈਲਫ ਤੇ ਸੁਪਰਫੀਸ਼ੀਅਲ ਚੀਜ਼ ਨੂੰ ਨਾ ਬਹੁਤਾ ਪਿਛੇ ਭੱਜੋ ਮਹਾਰਾਜ ਦੀ ਗਰਮਾਣੀ ਪੜੋ ਹੁਣ ਗੱਲ ਆ ਗਈ ਸੈਲਫ ਹੈਲਪ ਇੰਡਸਟਰੀ ਦੀ ਸੈਲਫ ਹੈਲਪ ਇੰਡਸਟਰੀ 1950 ਦੇ ਵਿੱਚ ਅਮਰੀਕਾ 'ਚ ਸਭ ਤੋਂ ਵੱਨਾਈ ਤੇ ਇੰਨਾ ਜ਼ਿਆਦਾ ਨੁਕਸਾਨ ਕੀਤਾ ਕਿ ਡਿਪਰੈਸ਼ਨ ਐਂਗਜ਼ਾਇਟੀ ਉੱਤੇ 올 ਟਾਈਮ ਹਾਇ ਹੈ ਤੇ ਜੇ ਉੱਥੇ ਸ਼ੁਰੂ ਹੋ ਕੇ ਉੱਥੇ ਕੋਈ ਫਾਇਦਾ ਨਹੀਂ ਕਰ ਸਕੀ ਤਾਂ ਸਾਡੇ ਕੀ ਕਰੂਗੀ ਨਾਲੇ ਤਾਂ ਸਾਡੇ ਪੀਰਾਂ ਵੰਗੀ ਇਹਨਾਂ ਨੇ ਸ਼ੁਰੂ ਤੋਂ ਕੀਤੀ ਗੱਲ ਮੈਂਟਲ ਹੈਲਥ ਦੇ ਆ ਕਹਿੰਦੇ ਕਿ ਯਾਰ ਸਾਡੇ ਮੈਂਟਲ ਆ ਯਾਰ ਮਹਾਤਮਾ ਬੁੱਧ ਨੂੰ ਸ਼ੁਰੂ ਕਰ ਲਓ ਮਹਾਵੀਰ ਤੋਂ ਉਹਨਾਂ ਸਾਰਿਆਂ ਮੈਂਟਲ ਹੈਲਥ ਦੀ ਇਹ ਗੱਲ ਕੀਤੀ ਆ ਸਪਿਰਚੁਅਲ ਹੈਲਥ ਮੈਂਟਲ ਹੈਲਥ ਹੋਰ ਕਾਹੀ ਗੱਲਾਂ ਕੀਤੀਆਂ ਨੇ ਤੁਸੀਂ ਕੀ ਗੱਲ ਕਰਦੇ ਹੋ ਹਣਾ ਮੈਂਟਲ ਹੈਲਥ ਇੱਕ ਵਰਡ ਇੰਗਲਿਸ਼ ਦਾ ਆ ਪਰ ਗੱਲ ਤਾਂ ਉਹਨੇ ਮਨ ਦੀ ਸ਼ਾਂਤੀ ਨਹੀਂ ਕੀਤੀ ਹੈ ਨਾ ਮਨ ਦੀ ਸ਼ਾਂਤੀ ਦਾ ਮੈਂਟਲ ਹੈਲਥ ਹੈ ਕਿ ਮੈਂਟਲ ਹੈਲਥ ਤੁਹਾਡੀ ਵਧੀਆ ਹੋਣੀ ਚਾਹੀਦੀ ਹੈ ਕਿ ਮੈਂਟਲ ਹੈਲਥ ਵਧੀਆ ਹੋਣੀ ਚਾਹੀਦੀ ਹੈ ਤੁਹਾਡੀ ਮਨ ਦੀ ਸ਼ਾਂਤੀ ਹੋਣੀ ਚਾਹੀਦੀ ਹੈ ਇਹੀ ਚੀਜ਼ ਹੈ ਨਾ ਤਾਂ ਤੂੰ ਇਹੋ ਚੀਜ਼ ਨੂੰ ਪਰਸੂ ਕਰੋ ਬਾਬੇ ਨਾਨਕ ਨੇ ਜੋ ਕਿਹਾ ਕਿ ਹਨਾ ਕਿ ਉਹਦਾ ਹੁਕਮ ਮੰਨ ਕੇ ਹਰ ਹਨਾ ਹਰ ਚੀਜ਼ ਨੂੰ ਐਕਸੈਪਟ ਕਰੋ ਕੋਈ ਵੀ ਚੀਜ਼ ਬਾਹਰ ਦੀ ਤੁਹਾਨੂੰ ਅੰਦਰ ਦੀ ਖੁਸ਼ੀ ਨਹੀਂ ਦੇ ਸਕਦੀ ਬਿਨ ਤੁਂ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਮਤਲਬ ਕੀ ਆਪਣੇ ਆਪ ਦੇ ਨਾਲ ਬੋ ਮਤਲਬ ਕਿ ਮਟੀਰੀਅਲਿਸਟਿਕ ਚੀਜ਼ਾਂ ਬੜੇ-ਬੜੇ ਜੋ ਦੀਸੇ ਲੋਕ ਤਨ ਕੋ ਵੀ ਆਪੇ ਚਿੰਤਾ ਰੋ ਜਦੋਂ ਕੰਬੀਰ ਹੁਣਾ ਸਾਰੇ ਇਹੀ ਗੱਲ ਕਹਤੇ ਆ ਕਿ ਇਹ ਜਿਹੜਾ ਤੁਹਾਨੂੰ ਦੁਖੀ ਕਰਦੇ ਆਂ ਤੇ ਫਿਰ ਗੱਲ ਇਹ ਆ ਕਿ ਸਾਨੂੰ ਕੰਟਰੋਲ ਕੀਤਾ ਜਾ ਰਿਹਾ ਸਮਝ ਚੀਜ਼ਾਂ ਪੜਾਈ ਨਹੀਂ ਜਾ ਰਹੀਆਂ ਸਕੂਲ ਦੇ ਵਿੱਚ ਕੀ ਆ ਕਨਵਰਟ ਸਕੂਲਾਂ ਦੇ ਬੱਚੇ ਪੜਦੇ ਆ ਉੱਥੇ ਤੇ ਇਹ ਚੀਜ਼ਾਂ ਹੈ ਨਹੀਂ ਬਿਲਕੁਲ ਵੀ ਉੱਥੇ ਦੇ ਵੈਸਟਰਨ ਕਲਚਰ ਆ ਸਾਰਾ ਉਹ ਵੇਖਣ ਨੂੰ ਦੇਸੀ ਨੇ ਕਿ ਰਾਂਗ ਉਹਨਾਂ ਦੇ ਪੂਰੇ ਆ ਦਿਮਾਗ ਉਹਨਾਂ ਦੇ ਗੋਰਿਆਂ ਵਾਲੇ ਆ ਮਾਂ ਤੇ ਉਹਨੂੰ ਇਹੋ ਹੀ ਕਹਿੰਦੇ ਆ ਕਿ ਤੁਹਾਨੂੰ ਅਗਲ ਨਹੀਂ ਹੈਗੀ ਸਰਕਾਰੀ ਸਕੂਲ ਦਾ ਬੱਚਾ ਵੀ ਕਿਤੇ ਕਹਿ ਸਕਦਾ ਵਧੀਆ ਪੜਵਾ ਹਾਂਜੀ ਇਹੀ ਚੀਜ਼ ਆ ਕਿ ਸਾਨੂੰ ਉਸ ਚੀਜ਼ ਤੋਂ ਹਟ ਕੇ ਐਕਚੁਅਲ ਐਜੂਕੇਸ਼ਨ ਦੇ ਵੱਲ ਜਾਣਾ ਚਾਹੀਦਾ ਜੋ ਕਿ ਸਾਡੀ ਸਪਿਰਚੁਅਲ ਐਜੂਕੇਸ਼ਨ ਚ ਪ੍ਰੈਕਟੀਕਲ ਸਲੂਸ਼ਨ ਸ਼ੁਰੂਆਤ ਸੀਟੀਏ ਕੀ ਕਾਪੀ ਟੂ ਐਕਸ਼ਨ ਕੀ ਪਈ ਇਹਦਾ ਕੀ ਪਲੈਜ਼ਰੇਬਲ ਤੀਜਾ ਸ਼ੈਡੋ ਸਭ ਤੋਂ ਪਹਿਲਾਂ ਅਰ ਰਿਪਲੇਸ ਕਰਤਾ ਉਹਨੂੰ ਆਪਾਂ ਆਪਣੇ ਸਪਿਰਚੁਅਲ ਪਾਥ ਦੇ ਨਾਲ ਠੀਕ ਆ ਮੇਰੇ ਖਿਆਲ ਚ ਭਾਜੀ ਸਾਡੀ ਤੁਹਾਡੀ ਏਜ ਜਿਹੜੀ ਹੈ ਮੈਨੂੰ ਇਦਾਂ ਲੱਗਦਾ ਮੈਂ ਇਹ ਗੱਲ ਹਰ ਪੌਡਕਾਸਟ ਕਰਦਾ ਪਿਆ ਇੱਕ ਰਕ ਨਿਕਲਦਾ ਆ ਐਂ ਸਾਡੇ ਕੋਲ ਤਾਂ ਸਲੂਸ਼ਨ ਲੱਗਦਾ ਲੱਭਦਾ ਆ ਬਟ ਆਪਾਂ ਉਹਤੇ ਐਕਸ਼ਨ ਨਹੀਂ ਪਾਉਂਦੇ ਜੋ ਸਾਡਾ ਯੂਥ ਆ ਯੂਥ ਜਿਹੜਾ ਸਾਡੇ ਸਰਕਾਰੀ ਸਕੂਲਾਂ 'ਚ ਬੈਠਾ ਹੈ ਜੋ ਬਿਲਕੁਲ ਹੀ ਜਾਂ ਨੂੰ ਕਿਉਂਕਿ ਮੈਨੂੰ ਲੱਗਦਾ ਕਿ ਆਹ ਦਿਮਾਗ ਨਾਲ ਭਰੇ ਪਏ ਆ ਹੁਣ ਇੱਥੇ ਪਾ ਸਕਦੇ ਆ ਆਪਾਂ ਥੋੜੀ ਐਜੂਕੇਸ਼ਨ ਬਟੇ ਜਿੱਤ ਜੀ ਚਾਓ ਡੂ ਯੂ ਥਿੰਕ ਕਿ ਜੇ ਆਪਾਂ ਯੂਥ ਦੇ ਨਾਲ ਕਿਤਨੇ ਕਿਤੇ ਇਹੋ ਜਿਹੀ ਗੱਲਾਂ ਕੀਤੀਆਂ ਜਾਣ ਜਿਹੜੀਆਂ ਗੱਲਾਂ ਤੁਸੀਂ ਹੁਣ ਕਰਦੇ ਪਏ ਹੋ ਜਾਂ ਫਿਰ ਇਹੋ ਜੇ ਹੋਰ ਅਵੇਰਨੈਸ ਦਿੱਤੀ ਜਾਵੇ ਜਿਹੜੇ ਅਜੇ 6ਵੀਂ 7ਵੀਂ 8ਵੀਂ 9ਵੀਂ 10ਵੀਂ ਦੇ ਵਿੱਚ ਬੱਚੇ ਅਗੇ ਨੇ ਉਹਨਾਂ ਨਾਲ ਇਹ ਚੀਜ਼ਾਂ ਦੱਸੀਆਂ ਜਾਣ ਤੇ ਕੋਈ ਪ੍ਰੋਬੈਬਿਲਟੀ ਹੋ ਸਕਦੀ ਹੈ ਕਿ ਫਿਊਚਰ ਦੇ ਵਿੱਚ ਇਹ ਕੁਝ ਚੰਗੀਆਂ ਗੱਲਾਂ ਕੀ ਦਸ ਸੀਟੀ ਕਾਪੀਟੈਕਸ਼ਨ ਕੀ ਨਿਕਲੇਗਾ ਦਾ ਆਹੀ ਲਾਸਟ ਕੁਐਸਚਨ ਹੋ ਮੇਰਾ ਐਂਡ ਆਪਾਂ ਬਹਿ ਕੇ ਗੱਲ ਕਰਨ ਲਈ ਤੁਸੀਂ ਮੈਨੂੰ ਥੋੜ ਦੇ ਦਿੱਤਾ YouTube ਦੇ ਵਿੱਚ ਗੱਲਾਂ ਸੁਣ ਲਈਆਂ ਕਿਸੇ ਨੇ ਕਿਉਂਕਿ ਮੈਨੂੰ ਲੱਗਦਾ ਕਿ ਸਕਰੀਨ ਨੂੰ ਹਟਾ ਸਕਦੀ ਸਕਰੀਨ ਹੀ ਆ ਮੀਨਸ ਕਿ ਜੋ ਸਕਰੀਨ ਤੇ ਦੇਖਿਆ ਜਾ ਰਿਹਾ ਹੈ ਪਹਿਲੀ ਖਰਵਾ ਦੇਗੀ ਕਿ ਉਹ ਰਾਈਟ ਕੰਟੈਂਟ ਕੰਜ਼ੂਮ ਕੀਤਾ ਜਾਵੇ ਯਾਨੀ ਇੱਕ ਮੇਰਾ ਕੰਟੈਂਟ ਰਾਈਟ ਆ ਬਟ देयर ਆ ਲੋਟ ਗੁਰਮਣੀ ਫੋਨ 'ਚ ਵੀ ਹੈਗੀ ਹੈ ਠੀਕ ਆ ਤੁਸੀਂ ਜੇ ਆਪਣਾ ਸੋਰਸ ਆ ਹੋਣਾ ਆਪਾਂ ਦੇਖਦੇ ਆ ਕਰਦੇ ਆ ਐਂਡ ਉਥੋਂ ਫਿਰ ਫੀਲਡ ਜੇ ਕਿੱਦਾਂ ਆਏ ਇਹਦੇ ਲਈ ਤਾਂ ਹੀ ਕੀ ਸੋਚਦੇ ਜਾਗੇ ਕਿ ਸੋਚ ਰਿਹਾ ਸੀ ਇਸ ਬਾਰੇ ਤੇ ਮੈਨੂੰ ਲੱਗਦਾ ਕਿ 7ਵੀਂ 8ਵੀਂ 9ਵੀਂ ਤੱਕ ਬੰਦਾ ਆਲਰੇਡੀ ਕੰਡੀਸ਼ਨ ਹੋ ਜਾਂਦਾ ਹੈ ਉਹਨੂੰ ਡੀ ਕੰਡੀਸ਼ਨ ਕਰਨਾ ਬਹੁਤ ਹੀ ਔਖਾ ਆ ਸਕੂਲ ਜਾਣ ਤੋਂ ਪਹਿਲਾਂ ਹੀ ਬੱਚੇ ਨੂੰ ਜਾਂ ਮੈਨ ਨੇ ਇਹ ਵੀ ਨਹੀਂ ਕਿਹਾ ਕਿ 7ਵੀਂ 8ਵੀਂ 9ਵੀਂ 10ਵੀਂ ਦੇ ਪੇਰੈਂਟਸ ਸਿਆਣੇ ਬੰਦੇ ਖੁਦ ਨੂੰ ਚੇਂਜ ਕਰਦੇ ਤੇ ਬੱਚੇ ਸਭ ਕੁਝ ਉਹੀ ਕਾਪੀ ਕਰਦੇ ਆ ਆਲਰੇਡੀ ਆਪਾਂ ਬੱਚਿਆਂ ਨੂੰ ਕਹਿੰਦੇ ਨਸ਼ੇ ਨਾ ਕਰੋ ਪਰ ਉਹ ਸਤਨ ਨਸ਼ੇ ਕਰਦੇ ਕਿਉਂਕਿ ਮਾਪੇ ਰਸ਼ਾ ਕਰਦਾ ਉਹੀ ਪਿਓ ਨਸ਼ਾ ਕਰਦਾ ਉਹ ਕਹਿੰਦਾ ਬੱਚੇ ਨੇ ਕਿਉਂ ਨਾ ਕਰਨਾ ਜੇ ਜੇ ਫੈਮਿਲੀ ਚ ਕੋਈ ਕਰਦਾ ਜੋਨੇ ਜੁਆ ਨਹੀਂ ਤੇ ਕਿਤੇ ਕੀਤਾ ਹੋਊਗਾ ਤੇ ਹਨ ਬੱਚਾ ਤੁਹਾਨੂੰ ਕਾਪੀਗਾ ਫਿਰ ਤਾਂ ਕੁਝ ਕਰਨ ਨੂੰ ਰਹਿ ਹੀ ਨਹੀਂ ਗਿਆ ਯਾਰ ਇੰਦਾ ਲੱਗਦਾ ਮੈਨੂੰ ਫਿਰ ਕਰਨ ਨੂੰ ਪਤਾ ਕੀ ਰਹਿ ਗਿਆ ਵਾ ਕਿਸੇ ਨੂੰ ਨਾ ਬਦਲੋ ਇੰਡੀਵਿਜੂਅਲ ਖੁਦ ਨੂੰ ਬਦਲੋ ਜੇ ਲੋਇ ਖੁਦ ਨੂੰ ਬਦਲਦੇ ਹੋ ਨਾ ਤਾਂ ਦਿਨ ਲਾਗੇ ਚਾਗੇ ਦਿਨ ਲੋਕ ਬਦਲਦੇ ਆ ਵੇਖੋ ਹੁਣ ਸਿੱਖੀ ਦਾ ਸਭ ਤੋਂ ਜ਼ਿਆਦਾ ਹੁਣ ਆਪਾਂ ਪ੍ਰਚਾਰ ਕਰਦੇ ਆਂ ਕਥਾਵਾਚਕ ਨੇ ਟੀਵੀ ਆ ਸਭ ਤੋਂ ਜ਼ਿਆਦਾ ਪ੍ਰਸਾਰਣ ਤਾਂ ਗੁਰਬਾਣੀ ਦਾ ਹੀ ਚੈਨਲ ਤੇ ਇਹਨਾਂ ਤੇ ਕਿਸੇ ਹੋਰ ਦਾ ਹੈ ਹੀ ਨਹੀਂ ਪਰ ਸਾਡਾ ਧਰਮ ਕਿਤੇ ਕਿਤੇ ਹੋਉ ਨਹੀਂ ਨਹੀਂ ਰਿਹਾ ਸਾਡੇ ਲੋਕ ਅਸੀਂ ਖੋ ਮੈਂ ਖੋਦ ਕਟਿੰਗ ਕੀਤੀ ਤੁਸੀਂ ਤੇ ਕਿਸਮਤ ਵਾਲੇ ਆਣਾ ਭਗਵਾਨੀ ਸੋ ਮੈਂ ਤੇ ਆਪ ਨਹੀਂ ਵਧੀਆ ਹੈਗਾ ਹਨ ਪਰ ਪੁਰਾਣੇ ਜ਼ਮਾਨੇ ਚ ਕੀ ਹੁੰਦਾ ਕਿ ਇੰਨੀ ਜਿਆਦਾ ਕਥਾਵਾਚਕ ਵੀ ਨਹੀਂ ਹੈਗੇ ਇੰਨਾ ਪ੍ਰਚਾਰ ਵੀ ਨਹੀਂ ਹੈਗਾ ਪਰ ਸਿੱਖ ਦਾ ਜਿਹੜਾ ਕੈਰੈਕਟਰ ਇਹਨਾਂ ਵੱਡਾ ਹੁੰਦਾ ਸੀ ਕਿ ਨੂੰ ਵੇਖ ਕੇ ਲੋਕੀ ਸਿੱਖ ਬਣ ਜਾਂਦੇ ਹੁਣ ਜੇ ਆਪਾਂ ਆਪਣੇ ਰਿਲੀਜੀਅਨ ਨੂੰ ਪੜੀ ਫਿਰ ਇਹਨਾਂ ਨੂੰ ਇਹ ਗੱਲ ਸਮਝ ਆਉਣੀ ਹੈ ਨੇ ਹੁਣ ਲੜਾਈ ਚੱਲਦੀ ਪਈ ਹੈ ਪੀਟੀਸੀ ਚੈਨਲ ਕਰੂਗਾ ਜਾਂ ਕੋਈ ਕਰੂਗਾ ਹਨ ਪਰ ਇਹ ਸਮਝਣਾ ਚਾਹੀਦਾ ਵਾ ਕਿ ਅਸੀਂ ਉਹ ਸਿਟੀズ ਨੂੰ ਮੰਨੀਏ ਉੱਤੇ ਚੱਲੀਏ ਤੇ ਫੇਰ ਹੀ ਆਪਾਂ ਸਿੱਖੀ ਦਾ ਪ੍ਰਚਾਰ ਕਰ ਸਕਦੇ ਆ ਜਿਆਦਾ ਲੋਕਾਂ ਦੇ ਕੰਨ ਚ ਪਾ ਕੇ ਨਹੀਂ ਪ੍ਰਚਾਰ ਇੰਨਾ ਜਿਆਦਾ ਹੋ ਸਕਦਾ ਇਹ ਚਿੰਤਾ ਸਾਡੇ ਸਾਹਮਣੇ ਹੀ ਆ ਸਾਰਾ ਕੁਝ ਸੋ ਜੇ ਹੁਣ ਮਾਪੇ ਸਵੇਰੇ ਉੱਠਦਾ ਆ ਸਗਤੇ 6 ਵਜੇ ਤਾਂ ਬੱਚੇ ਨੂੰ ਜੇ 4 ਵਜੇ ਉੱਠਦਾ ਆ ਤਾਂ ਬੱਚੇ ਨੂੰ ਕਹਿੰਦਾ ਕਿ ਤੂੰ 5-6 ਵਜੇ ਉੱਠ ਦੇ ਹੁਣ ਮੇਰੀ ਫੈਮਲੀ ਵਿੱਚ ਹੀ ਆ ਤੇ ਉਹ ਮੇਰਾ ਭਰਾ ਹੀ ਆ ਤੇ ਉਹ ਮੈਨੂੰ ਕਹਿੰਦਾ ਕਿ ਯਾਰ ਇਹ ਉੱਠਦਾ ਨਹੀਂ ਸਵੇਰੇ ਆ ਨਾ 5 ਵਜੇ ਮੈਂ ਕਹਤਾ ਇਹੀ ਭਾਜੀ ਆਪਕੇ ਨਿਬਜੜ ਦੇ ਕਹਿੰਦਾ ਮੈਂ 8 ਵਜੇ ਤਾਂ ਮੈਂ ਕਿਹਾ ਵੀ ਹੋਗੇ ਤਾਂ 8 ਦੇਗਾ ਉਹ ਤਾਂ ਆਪੇ 10 ਵਜੇ ਉੱਠੂਗਾ ਉਹੀ 4 ਵਜੇ ਉੱਠਾਂਗਾ ਫਿਰ ਐਕਸਪੈਕਟ ਕਰੂੰਗਾ 5 ਵਜੇ ਉੱਠੇ ਹਨਾ ਬੱਚੇ ਤਾਨੂੰ ਕਾਪੀ ਕਰਦੇ ਬਦਲਣ ਵਾਲੇ ਨੂੰ ਖੁਦ ਬਦਲਣਾ ਪੈਂਦਾ ਹਾਂਜੀ ਖੁਦ ਹੋਈ ਆ ਬੈਠਾ ਤੇ ਫੇਰੀ ਤੇ ਤੁਮ ਦੱਸਿਆ ਆਸ ਪਲੇਜ਼ਰ ਸਭ ਤੋਂ ਵੱਡਾ ਨਸਾਨ ਸਭ ਤੋਂ ਵੱਡਾ ਪਲੇਜ਼ਰ ਨਹੀਂ ਨਸਾਨ ਹੈ ਬਿਊਟੀਫੁਲ ਵੈਲੀ ਥੈਂਕ ਯੂ ਵੈਰੀ ਮੱਚ ਭਾਜੀ ਥੈਂਕ ਯੂ ਬਣੀ ਬਹੁਤ ਬਹੁਤ ਗੱਲਾਂ